ਕਿ ਜੇ ਜਥੇਬੰਦੀਆਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਇਸ ਅੱਧੇ ਅੱਧ ਨੂੰ ਆਪਣੇ ਨਾਲ ਲਏ ਬਿਨਾਂ ਇਹ ਮੂਵਮੈਂਟ ਨਹੀਂ ਐਡਵਾਂਸ ਕਰ ਸਕਦੀ, ਇਹ ਐਂਡ ਤੱਕ ਨਹੀਂ ਚੱਲ ਸਕਦੀ, ਤਾਂ ਇਹ ਆਪਣੇ ਆਪ 'ਚ ਜੇ ਉਹਨਾਂ ਦੀ ਰੀਕੋਗਨੀਸ਼ਨ ਹੈ ਇਹ ਬਹੁਤ ਐਪਰੀਸ਼ੀਏਬਲ ਹੈ। ਇਸ ਕਰਕੇ ਹੁਣ ਇਹਨਾਂ ਨੇ ਵਿਸ਼ੇਸ਼ ਜ਼ੋਰ ਲਾਇਆ ਪਿੰਡਾਂ 'ਚ ਔਰਤਾਂ ਨੂੰ ਲਿਆਉਣ ਦੇ ਵਾਸਤੇ, ਅਤੇ ਇੰਨੀ ਵੱਡੀ ਪੱਧਰ 'ਤੇ ਪ੍ਰਚਾਰ ਹੋਇਆ ਵੀ ਆਪਣੇ ਆਪ ਮੁਹਾਰੀਆਂ ਬਹੁਤ ਸਾਰੀਆਂ ਔਰਤਾਂ ਇਹ 'ਚ ਸ਼ਾਮਿਲ ਹੋਈਆਂ ਨੇ, ਸਟੇਜ 'ਤੇ ਜ਼ਿੰਮੇਵਾਰੀਆਂ ਸੰਭਾਲ ਰਹੀਆਂ ਨੇ, ਵਲੰਟੀਅਰਾਂ ਦੀਆਂ ਜ਼ਿੰਮੇਵਾਰੀਆਂ ਸੰਭਾਲ ਰਹੀਆਂ ਨੇ। ਅੱਜ ਜੋ BKU ਏਕਤਾ ਦਾ ਸਟੇਜ ਹੈ, ਅੱਜ ਕੌਮਾਂਤਰੀ ਔਰਤ ਦਿਹਾੜਾ, ਅੱਜ ਸਾਰੇ ਕੰਮ ਔਰਤਾਂ ਨੇ ਕੀਤੇ ਹੈ, ਅੱਜ ਸੰਚਾਲਨ ਕਮੇਟੀ ਵੀ ਔਰਤਾਂ ਦੀ, ਅੱਜ ਸਟੇਜ ਦਾ ਸੰਚਾਲਨ ਵੀ ਔਰਤ ਨੇ ਕੀਤਾ, ਫੰਡਿੰਗ ਜਿਹੜਾ ਆਇਆ ਉਹਨੂੰ ਫੰਡਿੰਗ ਅਤੇ ਉਹਦੀ ਕਾਊਂਟਿੰਗ ਦਾ ਜਿਹੜਾ ਕੰਮ ਹੈ ਉਹ ਵੀ ਔਰਤਾਂ ਦੀ ਟੀਮ ਦੇ ਵੱਲੋਂ ਕੀਤਾ ਗਿਆ, ਜਿਹੜੀਆਂ ਪੰਡਾਲ ਦੇ ਵਿੱਚ ਔਰਤਾਂ ਨੂੰ ਬਿਠਾਉਣ ਦੇ ਵਾਸਤੇ, ਉਹਨਾਂ ਨੂੰ ਚੁੱਪ ਕਰਾਉਣ ਦੇ ਵਾਸਤੇ ਜਾਂ ਉਹਨਾਂ ਨੂੰ ਕੋਈ ਪਾਣੀ ਦੀ ਲੋੜ ਹੈ ਉਹਦੇ ਪ੍ਰਬੰਧ ਵੀ ਔਰਤਾਂ ਨੇ ਕੀਤੇ ਹੈ, ਔਰਤਾਂ ਵਲੰਟੀਅਰ ਹੈ, ਔਰਤਾਂ ਹੀ ਬੁਲਾਰੇ ਬੋਲੇ ਹੈ। ਜੇਕਰ ਅਸੀਂ ਜਿੱਤਾਂਗੇ ਚਾਹ ਜਿੱਤ ਦੀ ਪਹਿਲੀ ਕੰਗੀ ਤੁਹਾਡੇ ਸਿਰ ਤੇ ਹੋਊਗੀ। ਅੱਜ ਹਰਿਆਣੇ ਦੀ ਧਰਤੀ ਤੋਂ ਉਸ ਨੂੰ ਸਲਾਮ ਕਰਦੇ ਹਾਂ। ਉਹ ਔਰਤਾਂ ਇਸ ਅੰਦੋਲਨ 'ਚ ਆਈਆਂ ਹੈਗੀਆਂ ਜਿਹੜੀਆਂ ਪਹਿਲਾਂ ਕਦੇ ਵੀ ਆਪਣੇ ਪਿੰਡ ਤੋਂ, ਮਤਲਬ ਸ਼ਹਿਰ ਤੋਂ ਬਹੁਤ ਦੂਰ ਦੀ ਗੱਲ ਆ, ਆਪਣੇ ਪਿੰਡ ਤੋਂ ਕਦੇ ਬਾਹਰ ਨਹੀਂ ਗਈਆਂ ਸੀਗੀਆਂ, ਪਰ ਜਦੋਂ ਦਾ ਇਹ ਸੰਘਰਸ਼ ਸ਼ੁਰੂ ਹੋਇਆ ਹੈਗਾ, ਜਦੋਂ ਦਾ ਉਹ ਬਾਹਰ ਨਿਕਲਣਾ ਸ਼ੁਰੂ ਹੋਈਆਂ ਹੈਗਾ, ਉਹਨਾਂ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਲੱਗਿਆ ਹੈਗਾ, ਉਹ ਵੱਧ ਚੜ੍ਹ ਕੇ ਆਪਣੇ ਜਿੰਨੇ ਵੀ ਸਾਰੇ ਕੰਮ ਧੰਦੇ ਉਹਨਾਂ ਨੂੰ ਛੱਡ ਕੇ, ਜੋ ਵੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਪਰਾਂ ਛੱਡ ਕੇ ਆਪਣੇ ਹੱਕਾਂ ਦੀ ਖਾਤਰ ਲੜਨ ਦੀ ਖਾਤਰ ਇਸ ਅੰਦੋਲਨ ਵਿੱਚ, ਕਿਸਾਨ ਅੰਦੋਲਨ ਵਿੱਚ ਮਰਦਾਂ ਦੇ ਨਾਲ ਬਰਾਬਰ ਕੰਧਾਂ ਦੇ ਕੰਧਾਂ ਮਿਲਾ ਕੇ ਚੱਲ ਰਹੀਆਂ ਹੈਗੀਆਂ। ਇਹਦੇ 'ਚੋਂ ਇੱਕ ਆਸ ਦਿਖਦੀ ਆ ਆਉਣ ਵਾਲੇ ਸਮੇਂ 'ਚ ਵੀ ਔਰਤਾਂ ਦੇ ਜੇ ਇਉਂ ਮਾਸਸ ਇਸ ਗੱਲ 'ਚ ਪਾਰਟੀਸਪੇਟ ਕਰਨਗੇ ਤਾਂ ਜਿਹੜਾ ਇਹ ਸੰਘਰਸ਼ ਹੈ ਉਹ ਵੀ ਡੈਫੀਨੇਟਲੀ ਜਿੱਤਿਆ ਜਾਊਗਾ। ਵਲੰਟੀਅਰਾਂ ਨੂੰ ਬੇਨਤੀ ਆ, ਜਿਹੜੀਆਂ ਆਪਣੀਆਂ ਵਲੰਟੀਅਰ ਆਉਣਗੀਆਂ ਜਾਗਟਾਂ, ਉਹ ਆਪੋ ਆਪਣੀਆਂ ਜ਼ਿਲ੍ਹਿਆਂ ਰਾਹੀਂ ਇੱਥੇ ਸਟੇਜ 'ਤੇ ਜਮ੍ਹਾਂ ਕਰਾ ਦਿਓ।